ਗਿੱਲ ਸ਼ੋਅ 1350 AM, ਮੈਂ ਤੁਹਾਡਾ ਦੋਸਤ ਹੋਸਟ ਹਰਜਿੰਦਰ ਸਿੰਘ ਗਿੱਲ। ਸੋ ਇਸ ਵੇਲੇ ਅੱਜ ਦੀ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅਸੀਂ ਸਾਡੇ ਓਨਰੇਬਲ ਮਿਨਿਸਟਰ ਪ੍ਰਭਜੀਤ ਸਰਕਾਰੀਆ ਹੋਰਾਂ ਦੇ ਨਾਲ। ਸੋ ਇੱਕ ਖਾਸ ਅਨਾਊਂਸਮੈਂਟ, ਕਿਉਂਕਿ ਇਹਨਾਂ ਦੇ ਕੋਲ ਸਮਾਂ ਇਸ ਵੇਲੇ ਬਹੁਤ ਸੀਮਿਤ ਸੀ, ਸੋ ਮੈਨੂੰ ਲੱਗਿਆ ਕਿ ਸ਼ੁਰੂ ਦੇ ਵਿੱਚ ਹੀ ਇਹਨਾਂ ਦੇ ਨਾਲ ਗੱਲਬਾਤ ਕਰ ਲਈਏ। ਅੱਜ ਦੀ ਜਿਹੜੀ ਆਟੋ ਥੈਫਟ ਨੂੰ ਲੈ ਕੇ ਇੱਕ ਅਨਾਊਂਸਮੈਂਟ ਹੋਈ ਹੈ, ਉਹਦੇ ਬਾਰੇ 'ਚ ਸਾਡੇ ਬਹੁਤ ਸਾਰੇ ਸਰੋਤੇ ਜਾਣਨਾ ਚਾਹੁੰਦੇ ਹੋਣਗੇ। ਸੋ ਉਸੇ ਗੱਲਬਾਤ ਨੂੰ ਲੈ ਕੇ ਪ੍ਰਭਜੀਤ ਸਰਕਾਰੀਆ ਹੋਰੀ ਆਪਣੇ ਨਾਲ ਨੇ। ਪ੍ਰਭਜੀਤ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋਅ ਦੇ ਵਿੱਚ। ਥੈਂਕ ਯੂ ਵੈਰੀ ਮੱਚ ਹਰਜਿੰਦਰ ਜੀ ਤੇ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਪ੍ਰਭਜੀਤ ਜੀ, ਮੈਂ ਜ਼ਰੂਰ ਚਾਹਾਂਗਾ ਥੋੜ੍ਹੀ ਜਿਹੀ ਆਪਣੀ ਜ਼ੁਬਾਨੀ ਦੱਸੋ ਇੱਕ ਵਾਰੀ ਜਿਹੜੀ ਅੱਜ ਦੀ ਅਨਾਊਂਸਮੈਂਟ ਹੋਈ ਹੈ, ਕਿਉਂਕਿ ਆਟੋ ਥੈਫਟ ਨੂੰ ਲੈ ਕੇ ਗੱਡੀਆਂ ਦੀ ਚੋਰੀ ਜਾਂ ਹੋਰ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਵੱਧ ਰਹੀਆਂ ਸੀ, ਤੇ ਆਏ ਦਿਨ ਲੋਕਾਂ ਵੱਲੋਂ, ਮੀਡੀਆ ਵੱਲੋਂ ਜਾਂ ਆਪੋਜੀਸ਼ਨ ਵੱਲੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਕਾਰਾਂ ਨੂੰ ਬੜਾ ਕਹਿ ਲਈਏ ਵੀ ਆਡੇ ਹੱਥੀ ਲਿਆ ਜਾਂਦਾ ਸੀਗਾ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਸਟੈਪ ਲੈਣ ਲਈ ਕਿਹਾ ਜਾਂਦਾ ਰਿਹਾ, ਚਾਹੇ ਉਹ ਪ੍ਰੋਵਿੰਸ਼ਲ ਸਰਕਾਰਾਂ ਨੇ ਜਾਂ ਫੈਡਰਲ ਸਰਕਾਰ ਹੈ। ਕੀ ਇਸ ਵੇਲੇ ਨਵੀਂ ਅਨਾਊਂਸਮੈਂਟ ਲੈ ਕੇ ਆਏ ਹੋ ਜੇ ਓਨਟੇਰੀਓ ਸਰਕਾਰ ਦੀ ਗੱਲ ਕਰਨੀ ਹੋਵੇ ਤਾਂ? ਹਾਂਜੀ, ਓਨਟੇਰੀਓ ਸਰਕਾਰ ਵੱਲੋਂ ਜਿਵੇਂ ਕਿ ਸਾਡਾ ਸਿਸਟਮ ਜਿਹੜਾ ਕ੍ਰਿਮੀਨਲ ਸਿਸਟਮ ਸੈਟਅਪ ਹੈਗਾ, ਉਹਦੇ ਵਿੱਚ ਅਸੀਂ ਜੋ ਲਾਇਸੈਂਸ ਦੇ ਉੱਤੇ ਹੈਗਾ ਉਹਨੂੰ ਅਸੀਂ ਚੈਲੰਜ ਕਰ ਸਕਦੇ ਹਾਂ ਜਿਹੜਾ ਕਾਰ ਸੀ। ਸੋ ਅਸੀਂ ਜਿਹੜਾ ਇੰਟਰੋਡਕਸ਼ਨ ਅੱਜ ਕੀਤੀ ਸੀਗੀ ਵੀ ਐਨੀਬਡੀ ਕਨਵਿਕਟਡ ਆਫ ਸਟੀਲਿੰਗ ਅ ਵਹੀਕਲ, ਉਹਨਾਂ ਨੂੰ 10 ਸਾਲ ਵਾਸਤੇ ਮੈਂਡੇਟਰੀ ਲਾਇਸੈਂਸ ਸਸਪੈਂਸ਼ਨ ਹੋਊਗਾ, ਉਹਨਾਂ ਦਾ ਲਾਇਸੈਂਸ ਜਿਹੜਾ ਜਾਂਦਾ ਲੱਗੂਗਾ, ਦੂਜੀ ਵਾਰੀ ਜਾਂ ਤੀਜੀ ਵਾਰੀ ਉਹਨੂੰ ਲਾਈਫ ਟਾਈਮ ਤੱਕ ਸਸਪੈਂਸ਼ਨ ਜਿਹੜਾ ਹੈਗਾ ਲਾਇਸੈਂਸ ਦਾ ਮਿਲ ਸਕਦਾ। ਇਹਦਾ ਕਾਰਨ ਜਿਹੜਾ ਅਸੀਂ ਕਰ ਰਹੇ ਹਾਂ, ਇੱਕ ਦੋ ਚੀਜ਼ਾਂ ਹੈਗੀਆਂ। ਇੱਕ ਤੇ ਜਿਹੜਾ ਕਾਰ ਥੀਫ ਹੈਗਾ ਉਹ ਦੋ ਵਾਰੀ ਸੋਚੂਗਾ ਵੀ ਮੇਰਾ ਲਾਇਸੈਂਸ ਇੰਨੇ ਲੰਬੇ ਸਮੇਂ ਤੋਂ ਜਾਂਦਾ ਲੱਗੂਗਾ। ਬਟ ਸੈਕਿੰਡਲੀ ਅਸੀਂ ਜਿਹੜੀ ਫੈਡਰਲ ਗਵਰਨਮੈਂਟ ਨੂੰ ਵੀ ਇਸ ਦੇ ਵਿੱਚ ਕਹਿ ਰਹੇ ਹਾਂ ਵੀ ਅਸੀਂ ਆਪਣੇ ਵੱਲੋਂ ਜੋ ਵੀ ਸਾਡੇ ਕੋਲ ਟੂਲ ਹੈਗੇ ਆ, ਲਾਇਸੈਂਸ ਸਸਪੈਂਸ਼ਨ ਹੋ ਗਿਆ, ਪੁਲਿਸ ਇਨਫੋਰਸਮੈਂਟ ਹੋਰ ਵਧਾਉਣੀ, $250 million ਦੀ ਇਨਵੈਸਟਮੈਂਟ ਪਿਛਲੇ 2 ਸਾਲਾਂ ਚ ਕੀਤੀ ਹੈਗੀ ਆ, ਹੁਣ ਅਸੀਂ ਇਹ ਵੀ ਮੰਗ ਕਰਦੇ ਹਾਂ ਵੀ ਜਿਹੜੀ ਫੈਡਰਲ ਗਵਰਨਮੈਂਟ ਆ ਕੋਈ ਨਾ ਕੋਈ ਆਟੋ ਥੈਫਟ ਦੇ ਉੱਤੇ ਜਿਹੜੇ ਪੈਨਲਟੀ ਆ ਜੇਲਾਂ ਚ ਥੋੜਾ ਜਿਹਾ ਧਿਆਨ ਰੱਖਣ ਵੀ ਜਿਹੜੇ ਇਹ ਬੰਦੇ ਫੜੇ ਜਾਂਦੇ ਆ ਵੀ ਇਹਨਾਂ ਨੂੰ ਜੇਲਾਂ ਚ ਮੈਂਡੇਟੋਰੀ ਰੱਖਿਆ ਜਾਵੇ, ਨਾ ਕਿ ਦੂਜੇ ਦਿਨ ਬਾਹਰ ਆ ਸਕਣ। ਸੋ ਜੋ ਪ੍ਰੋਵਿੰਸ ਦੇ ਟੂਲ ਹੈਗੇ ਇਸ ਦੇ ਵਿੱਚ ਅਸੀਂ 10 ਸਾਲ ਦੀ ਮਿਨੀਮਮ ਲਾਇਸੈਂਸ ਜਿਹੜੀ ਸਸਪੈਂਸ਼ਨ ਦੇ ਰਹੇ ਹਾਂ ਉਹਨਾਂ ਨੂੰ, ਅਤੇ ਅਰਜ ਕਰ ਰਹੇ ਫੈਡਰਲ ਗਵਰਨਮੈਂਟ ਵੀ ਉਹ ਵੀ ਥੋੜੀ ਜਿਹੀ ਸਖਤਾਈ ਨਾਲ ਜੋ ਫੜੇ ਜਾਂਦੇ ਆ ਆਟੋ ਥੈਫਟ ਵਿੱਚ ਉਹਨਾਂ ਨੂੰ ਜੇਲਾਂ ਚ ਰੱਖਣ। ਸੋ ਪ੍ਰਮੇਸ਼ ਜੀ, ਕਦੋਂ ਤੋਂ ਇਹਨੂੰ ਅਸੀਂ ਮੰਨ ਸਕਦੇ ਹਾਂ ਕਿ ਇਹ ਅਪਲਾਈ ਹੋ ਜਾਣਾ, ਕਿ ਜਾਂ ਅਜੇ ਇੱਕ ਪ੍ਰਪੋਜ਼ਲ ਦੀ ਤਰ੍ਹਾਂ ਹੋਏਗਾ, ਜਾਂ ਇਹਦੀ ਕੋਈ ਡੈਡਲਾਈਨ ਹੈ ਕਿ ਉਸ ਤਰੀਕ ਤੋਂ ਇਹ ਜਿਹੜਾ ਇੰਪਲੀਮੈਂਟ ਹੋ ਜਾਣਾ? ਹਾਂਜੀ, ਇਸ ਤਰ੍ਹਾਂ ਵੀ ਲੈਜਿਸਲੇਸ਼ਨ ਜਿਹੜੀ ਹੈਗੀ ਅਸੀਂ ਹਾਊਸ ਦੇ ਵਿੱਚ ਥਰਸਡੇ ਨੂੰ ਲਿਆਵਾਂਗੇ, ਉਸ ਤੋਂ ਬਾਅਦ ਇਹਦੀ ਡਿਬੇਟ ਚੱਲੂਗੀ ਤੇ ਇਹਨੂੰ ਪਾਸ ਕੀਤਾ ਜਾਏਗਾ। ਜਦੋਂ ਪਾਸ ਹੋ ਗਿਆ ਉਸ ਤੋਂ ਬਾਅਦ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਇਹਨੂੰ ਲਾਗੂ ਕੀਤਾ ਜਾਊਗਾ। ਸੋ ਅਸੀਂ ਇਸ ਸਾਲ ਦੇ ਵਿੱਚ ਜਿਹੜਾ ਹੈਗਾ ਇਹਦੇ ਲਗਭਗ ਲਾਇਸੈਂਸ ਸਸਪੈਂਸ਼ਨ ਦੀ ਐਕਟੀਵੇਸ਼ਨ ਜਿਹੜੀ ਹੈ ਉਹ ਹੋ ਜੂਗੀ। ਇਹਦੇ ਵਿੱਚ ਤੁਹਾਨੂੰ ਕੋਈ ਚੈਲੰਜਸ ਲੱਗਦੇ ਹੋਣਗੇ, ਕੋਈ ਕਿਸੇ ਤਰੀਕੇ ਦਾ ਤੁਹਾਨੂੰ ਇਹਨੂੰ ਪਾਸ ਹੋਣ ਦੇ ਵਿੱਚ ਕੋਈ ਦਿੱਕਤ ਆ ਸਕਦੀ ਹੋਵੇ, ਜਾਂ ਤੁਸੀਂ ਕਲੀਅਰ ਹੋਣ ਲੱਗਦਾ ਕਿ ਕੋਈ ਵੀ ਪ੍ਰੋਬਲਮ ਨਹੀਂ ਹੋਏਗੀ ਤੇ ਪਾਸ ਹੋ ਜਾਏਗਾ ਇਹ ਜਿਹੜਾ ਲੈਜਿਸਲੇਸ਼ਨ ਦੇ ਵਿੱਚ? ਹਾਂਜੀ, ਨਹੀਂ, ਅਸੀਂ ਪੂਰੀ ਆਸ ਕਰਦੇ ਹਾਂ ਵੀ ਇਹਨੂੰ ਪਾਸ ਕੀਤਾ ਜਾਏਗਾ ਜ਼ਰੂਰ। ਕਈ ਵਾਰ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਜਿਨ੍ਹਾਂ ਨੇ ਅੱਜ ਤੱਕ ਆਟੋ ਥੈਫਟ ਜਾਂ ਕ੍ਰਿਮੀਨਲ ਕੇਸਿਸ ਜੋ ਹੋ ਰਹੇ ਉਹਨਾਂ ਦੇ ਉੱਤੇ ਨਹੀਂ ਸਖਤੀ ਪ੍ਰਵਾਨ ਕੀਤੀ, ਉਹਨਾਂ ਨੂੰ ਸ਼ਾਇਦ ਥੋੜਾ ਜਿਹਾ ਚੈਲੰਜ ਕੋਈ ਦੇਣ, ਕਿਉਂਕਿ ਅਸੀਂ ਪ੍ਰੀਮੀਅਰ ਫੋਰਟ ਡਰਗ ਫੋਰਟ ਤੇ ਸਾਡੀ ਗਵਰਨਮੈਂਟ ਹਮੇਸ਼ਾ ਇਸ ਚੀਜ਼ ਦੇ ਹੱਕ ਵਿੱਚ ਹੈਗੀ ਆ ਵੀ ਜਿਹੜੇ ਕੋਈ ਵੀ ਫੜੇ ਜਾਂਦੇ ਆ ਆਟੋ ਥੈਫਟ ਦੇ ਵਿੱਚ, ਚੋਰੀਆਂ ਕਰਦੇ, ਘਰਾਂ 'ਚ ਵੜਦੇ, ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਆ। ਸੋ ਅਸੀਂ ਅੱਜ ਵੀ
ਫੈਡਰਲ ਗਵਰਨਮੈਂਟ ਨੂੰ ਇਹ ਬੇਨਤੀ ਕੀਤੀ ਹੈ ਵੀ ਤੁਸੀਂ ਜਿਹੜੀ ਸਖਤਾਈ ਹੈਗੀ ਹੈ ਲਾਅ ਦੇ ਵਿੱਚ ਉਹਨੂੰ ਵਧਾਓ। ਅਸੀਂ ਆਪਣੇ ਵੱਲੋਂ ਜੋ ਸਾਡੇ ਕੋਲ ਟੂਲ ਹੈਗੇ ਜਿੱਦਾਂ ਲਾਇਸੈਂਸ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਸਕਦੀ ਕਿਸੇ ਨੂੰ, ਅਸੀਂ ਉਹ ਵੀ ਉਹਨਾਂ ਤੋਂ ਖੋਣ ਲੱਗੇ, ਹੋਰ ਵੀ ਅਸੀਂ ਕੋਈ ਚੀਜ਼ਾਂ ਜੋ ਵੀ ਅਸੀਂ ਆਪਣੇ ਵੱਲੋਂ ਕਰ ਸਕਦੇ ਹਾਂ ਅਸੀਂ ਕਰਾਂਗੇ। ਪਰ ਇਸ ਦੇ ਵਿੱਚ ਅਸੀਂ ਫੁੱਲ ਫਲੈਜ ਜੋ ਵੀ ਰਿਸੋਰਸਿਸ ਚਾਹੀਦੇ ਸਾਡੇ ਪੁਲਿਸ ਨੂੰ, ਜੋ ਵੀ ਲਾਅ ਦੇ ਤੋਂ ਅਸੀਂ ਕਰ ਸਕਦੇ ਹਾਂ ਉਹ ਅਸੀਂ ਕਰਨ ਨੂੰ ਤਿਆਰ ਹਾਂ। ਸੋ ਦੋਸਤੋ, ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋ, ਸਾਡੇ ਨਾਲ ਇਸ ਵੇਲੇ ਆਨਰੇਬਲ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਪ੍ਰਭਮੀ ਸਰਕਾਰੀਆ ਹੋ ਰਹੀ ਅੱਜ ਦੀ ਸਾਡੀ ਇਸ ਖਾਸ ਅਨਾਊਂਸਮੈਂਟ ਦੇ ਬਾਰੇ 'ਚ ਸਾਡੇ ਨਾਲ ਜੁੜੇ ਸਨ। ਸੋ ਗੱਡੀਆਂ ਦੀ ਚੋਰੀ ਨੂੰ ਲੈ ਕੇ ਜਿਹੜਾ ਹਰ ਪਾਸੇ ਅਸੀਂ ਚਿੰਤਤ ਹਾਂ ਉਹਦੇ ਬਾਰੇ 'ਚ ਓਨਟੇਰੀਓ ਗਵਰਨਮੈਂਟ ਵੱਲੋਂ ਇੱਕ ਸਟੈਪ ਲਿਆ ਜਾ ਰਿਹਾ ਜਿਹਦੇ ਵਿੱਚ ਪ੍ਰਭਮੀ ਜੀ ਮੈਂ ਜ਼ਰੂਰ ਚਾਹਾਂਗਾ ਇੱਕ ਵਾਰੀ ਰੀਕੈਪ ਕਰਦੇ ਹੋਏ ਕਿ ਇਹ ਕਿਹੜੀਆਂ ਸਜ਼ਾਵਾਂ ਜਾਂ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਚੋਰੀ ਕਰਦੇ ਫੜੇ ਜਾਣਗੇ ਉਹਨਾਂ ਨੂੰ ਜੁਰਮਾਨਾ ਕੀਤਾ ਜਾ ਸਕਦਾ ਜਾਂ ਉਹਨਾਂ ਦੇ ਲਾਇਸੈਂਸ ਦੀ ਸਸਪੈਂਸ਼ਨ ਵਾਲੀ ਜਿਹੜੀ ਮਾਦਾ ਹੈ ਉਹ ਰਿਪੀਟ ਕਰ ਦਿਓ ਇੱਕ ਵਾਰੀ। ਹਾਂਜੀ, ਉਹਨਾਂ ਦਾ ਲਾਇਸੈਂਸ ਜਿਹੜਾ ਵੀ ਕੋਈ ਗੱਡੀ ਚੋਰੀ ਕਰਦਾ ਫੜਿਆ ਜਾਊਗਾ ਉਹਨਾਂ ਦੇ ਲਈ 10 ਸਾਲ ਲਾਇਸੈਂਸ ਜਿਹੜਾ ਪਹਿਲੀ ਵਾਰੀ ਬੰਦ ਕੀਤਾ ਜਾਊਗਾ, ਰਿਸਟ੍ਰਿਕਟ ਕੀਤਾ ਜਾਊਗਾ, ਉਹ ਗੱਡੀ ਨਹੀਂ ਚਲਾ ਸਕਦੇ। ਦੂਜੀ ਅਤੇ ਤੀਜੀ ਵਾਰੀ ਤੱਕ ਉਹਨਾਂ ਨੂੰ ਲਾਈਫ ਟਾਈਮ ਦੀ ਸਸਪੈਂਸ਼ਨ ਮਿਲ ਜੂਗੀ। ਜੇ ਦੂਜੀ ਵਾਰੀ ਜਾਂ ਤੀਜੀ ਵਾਰ ਕਰਨਗੇ 15 and 25 years ਦੀ ਸਸਪੈਂਸ਼ਨ ਜਿਹੜੀ ਹੈਗੀ ਆ ਉਹਨਾਂ ਨੂੰ ਆਥੋਰਾਈਜ਼ ਕੀਤੀ ਜਾਊਗੀ। ਸੋ ਇਸ ਦੇ ਵਿੱਚ ਨਾਲ ਦੀ ਨਾਲ ਅਸੀਂ ਸਟੰਟ ਡਰਾਈਵਿੰਗ ਦੇ ਉੱਤੇ ਵੀ ਮੈਂ ਚੇਂਜਸ ਲਿਆ ਰਿਹਾ, ਜੋ ਕਿ 50 kilometers ਦੇ ਉੱਤੇ ਸਪੀਡਿੰਗ ਕਰਦੇ ਹੈਗੇ ਆ ਉਹ ਫੜੇ ਜਾਣ ਤੇ ਉਹਨਾਂ ਨੂੰ ਰੋਡ ਸਾਈਡ ਸਸਪੈਂਸ਼ਨ ਜਿਹੜੀ ਹੈਗੀ 1 ਸਾਲ ਦੀ ਮਿਲੂਗੀ। ਦੂਜੀ ਜਾਂ ਤੀਜੀ ਵਾਰ ਉਹਨਾਂ ਨੂੰ ਵੀ 3 and lifetime ਸਸਪੈਂਸ਼ਨ ਜਿਹੜੀ ਹੈਗੀ ਆ ਫੋਰ ਡਰਾਈਵਿੰਗ ਓਵਰ 50 kilometers an hour ਜਾਂ ਸਟਰੀਟ ਰੇਸਿੰਗ ਲਈ ਉਹ ਵੀ ਅਸੀਂ ਲਾਅ ਜਿਹੜਾ ਹੈਗਾ ਲਾਗੂ ਕਰ ਰਹੇ ਹਾਂ। ਤੇ ਨਾਲ ਇਹਦੇ ਜਿਹੜਾ ਪ੍ਰੋਵਿੰਸ਼ੀਅਲ ਸਰਕਾਰ ਦੇ ਕੋਲੋਂ ਹਮੇਸ਼ਾ ਇੱਕ ਡਿਮਾਂਡ ਕੀਤੀ ਜਾਂਦੀ ਹੈ ਕਿ ਛੇਤੀ ਕਿਤੇ ਬੇਲ ਨਾ ਹੋਵੇ ਜਦੋਂ ਕੋਈ ਫੜਿਆ ਜਾਂਦਾ, ਉਸ ਪੁਆਇੰਟ ਦੇ ਉੱਪਰ ਵੀ ਕੋਈ ਸੋਚਦੇ ਹੋ ਕਿ ਤੁਹਾਡੇ ਵੱਲੋਂ ਕੋਈ ਸੁਜੈਸ਼ਨ ਓਨਟੇਰੀਓ ਗਵਰਨਮੈਂਟ ਵੱਲੋਂ ਜਾਏਗੀ? ਉਹ ਜੀ ਫੈਡਰਲ ਗਵਰਨਮੈਂਟ ਦੇ ਅੰਡਰ ਆਉਂਦਾ ਵੀ ਜੋ ਵੀ ਬੇਲ ਦੀ ਗੱਲ ਹੁੰਦੀ ਜਾਂ ਜੇ ਸਾਡੇ ਹੱਥ ਵਿੱਚ ਹੋਏ ਤੇ ਅਸੀਂ ਅੱਜ ਹੀ ਇਹਨਾਂ ਨੂੰ ਕਹਿ ਦਈਏ ਵੀ ਜਿਹੜਾ ਵੀ ਕੋਈ ਫੜਿਆ ਜਾਂਦਾ ਵੀ ਉਹ ਮਿਨੀਮਮ ਸੈਂਟੈਂਸ ਜਿਹੜੀ ਹੈਗੀ 4-5 ਸਾਲ ਦੀ ਵੀ ਉਹ ਜੇਲ੍ਹ ਤੋਂ ਨਾ ਨਿਕਲਣ। ਸੋ ਹਜੇ ਵੀ ਅਸੀਂ ਇਹ ਜਿਹੜੀ ਫੈਡਰਲ ਗਵਰਨਮੈਂਟ ਨੂੰ ਅਰਜ ਕਰੇ ਵੀ ਤੁਸੀਂ ਚੇਂਜਸ ਲਿਆਓ ਕ੍ਰਿਮੀਨਲ ਕੋਡ ਦੇ ਵਿੱਚ, ਲਾਅ ਦੇ ਵਿੱਚ ਚੇਂਜਸ ਲੈ ਕੇ, ਕਿਉਂਕਿ ਜਿਹੜਾ ਕ੍ਰਿਮੀਨਲ ਕੋਡ ਆ ਉਹ ਸਾਰੇ ਕੈਨੇਡਾ ਨੂੰ ਲੱਗਦਾ, ਸੋ ਫੈਡਰਲ ਗਵਰਨਮੈਂਟ ਦੇ ਥੱਲੇ ਆਉਂਦਾ। ਸੋ ਅਸੀਂ ਆਪਣੇ ਵੱਲੋਂ ਇਨਫੋਰਸਮੈਂਟ ਦੇ ਰਾਹੀਂ, ਆਪਣੇ ਲਾਇਸੈਂਸ ਸਸਪੈਂਸ਼ਨ ਦੇ ਰਾਹੀਂ ਜੋ ਵੀ ਅਸੀਂ ਕਰ ਸਕਦੇ ਹਾਂ ਅਸੀਂ ਕਰਨ ਨੂੰ ਤਿਆਰ ਹਾਂ ਤੇ ਅੱਜ ਕਰ ਵੀ ਰਹੇ ਹਾਂ। ਪਰ ਅਸੀਂ ਨਾਲ ਦੀ ਨਾਲ ਇਹ ਵੀ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਵੀ ਸਖ਼ਤ ਮੈਜਰ ਜਿਹੜੇ ਲਾਅ ਦੇ ਰਾਹੀਂ ਹੈਗੇ ਆ ਇਹਨਾਂ ਨੂੰ ਜੇਲ੍ਹਾਂ 'ਚ ਰੱਖੋ, ਇਹਨਾਂ ਨੂੰ ਬੇਲ ਨਾ ਦੇਵੋ। ਅਸੀਂ ਈਵਨ ਐਜ਼ ਅ ਗਵਰਨਮੈਂਟ ਫੰਡਿੰਗ ਵੀ ਦਿੱਤੀ ਹੋਗੀ ਸਪੈਸ਼ਲ ਬੇਲ ਟੀਮ ਦੇ ਲਈ, ਜੋ ਕਿ ਕੋਈ ਦੁਆਰਾ ਸਾਫ਼ ਦਾ ਕੇਸ ਹੁੰਦਾ ਹੋਵੇ ਉੱਥੇ ਬੇਲ ਦੀ ਟੀਮ ਜਿਹੜੀ ਹੈਗੀ ਸਾਡੀ ਲੱਗਦੀ ਆ ਤੇ ਉਹਨਾਂ ਨੂੰ ਫੁੱਲ ਰਿਸੋਰਸਿਸ ਮਿਲਦੇ ਵੀ ਇਹਨਾਂ ਨੂੰ ਬੇਲ ਨਾ ਮਿਲਣ। ਪਰ ਜਿੰਨਾ ਚਿਰ ਤੱਕ ਕਾਨੂੰਨ ਨਹੀਂ ਚੇਂਜ ਹੁੰਦਾ ਉਹਨਾਂ ਚਿਰ ਤੱਕ ਹਰ ਦੂਜਾ ਲੈਵਲ ਆਫ ਗਵਰਨਮੈਂਟ ਜਿਹੜਾ ਹੈਗਾ, ਚਾਹੇ ਉਹ ਪ੍ਰੋਵਿੰਸ਼ੀਅਲ ਹੋਵੇ ਮਿਊਨਿਸਪਲ ਹੋਵੇ, ਉਹ ਨਹੀਂ ਕਰ ਸਕਦੇ ਕੁਛ। ਸੋ ਰਮੀ ਜੀ, ਲਾਸਟ ਬਟ ਨਾਟ ਲੀਸਟ, ਜੇ ਮੈਂ ਪੁੱਛਣਾ ਹੋਵੇ, ਆਈ ਨੋ ਅੱਜ ਤੁਸੀਂ ਸੀਮਤ ਸਮਾਂ, ਪਰ ਮੈਂ ਕੋਸ਼ਿਸ਼ ਕਰਨਾ ਕਿ ਅਸੀਂ ਕਿ ਆਉਣ ਵਾਲੇ ਦਿਨਾਂ 'ਚ ਪਲੀਜ਼ ਤੁਸੀਂ ਸਟੂਡੀਓ 'ਚ ਆਓ ਸਾਡੇ ਕੋਲ, ਅਸੀਂ ਤਾਂ ਕਿ ਲੋਕਾਂ ਦੀਆਂ ਕਾਲਸ ਵੀ ਲਈਏ ਔਰ ਤਾਂ ਕਿ ਜਿਹੜੇ ਉਹਨਾਂ ਦੇ ਹੋਰ ਕੰਸਰਨਸ ਨੇ ਉਹ ਵੀ ਜ਼ਰੂਰ ਤੁਹਾਡੇ ਨਾਲ ਸਾਂਝੇ ਕਰੀਏ। ਜਾਂਦੇ ਜਾਂਦੇ ਇੱਕ ਚੀਜ਼ ਹੋਰ ਪੁੱਛਣੀ ਚਾਹਾਂਗੇ, ਪਿਛਲੇ ਸਮੇਂ ਦੇ ਵਿੱਚ ਕਿੰਨੇ ਕਿਹੋ ਜਿਹੇ ਅਪਰਾਧੀ ਨੇ ਜਿਨ੍ਹਾਂ ਨੂੰ ਫੜਿਆ ਗਿਆ, ਬੇਸ਼ੱਕ ਉਹ ਬੇਲ ਤੇ ਰਿਹਾਅ ਹੋ ਗਏ, ਜਿਨ੍ਹਾਂ ਨੂੰ ਚੋਰੀ ਕਰਦਿਆਂ ਹੋਇਆ ਫੜ ਲਿਆ ਗਿਆ ਸੀ ਕਿ ਜਾਂ ਉਹ ਫੜੇ ਨਹੀਂ ਜਾਂਦੇ? ਬਹੁਤੇ ਲੋਕਾਂ ਦਾ ਕੰਸਰਨ ਤਾਂ ਇਹ ਹੋਣਾ ਕਿ ਯਾਰ ਚੋਰ ਤਾਂ ਫੜੇ ਨਹੀਂ ਜਾਂਦੇ ਛੇਤੀ ਕਿਤੇ, ਜਾਂ ਫਿਰ ਅਸੀਂ ਕਿਹਨੂੰ ਲਾਇਸੈਂਸ ਕਿਹਦਾ ਸਸਪੈਂਡ ਕਰਾਂਗੇ ਅਸੀਂ? ਹਾਂਜੀ, ਨਹੀਂ, ਗੱਲ ਤੁਹਾਡੀ ਵੈਰੀ ਵੈਲਿਡ ਕੰਸਰਨ ਹੈਗਾ। ਇਸ ਵਕਤ ਜਿਹੜਾ ਫੜਿਆ ਵੀ ਜਾਂਦਾ ਉਸੇ ਵੇਲੇ ਬਾਹਰ ਨਿਕਲ ਜਾਂਦਾ ਜੇਲ੍ਹ ਦੇ ਵਿੱਚੋਂ। ਸੋ ਉਸ ਦੇ ਲਈ ਅਸੀਂ ਹੋਰ ਵੇਖ ਰਹੇ ਹਾਂ ਵੀ ਜਿੰਨਾ ਚਿਰ ਤੱਕ ਫੈਡਰਲ ਗਵਰਨਮੈਂਟ ਨਹੀਂ ਚੇਂਜ ਕਰਦੀ ਲਾਅ, ਉਹਨਾਂ ਚਿਰ ਤੱਕ ਅਸੀਂ ਆਪਣੇ ਹੱਥ ਵਿੱਚ ਜੋ ਵੀ ਟੂਲਸ ਹੈਗੇ ਉਹ ਅਸੀਂ ਯੂਜ਼ ਕਰਾਂਗੇ। ਪਰ ਜੇ ਅਸੀਂ ਸਟੈਟਿਸਟਿਕਸ ਵੇਖੀਏ ਤਾਂ ਪਿਛਲੇ ਸਾਲ ਟੋਰਾਂਟੋ, ਨਿਊਯਾਰਕ ਐਂਡ ਪੀਲ ਦੇ ਵਿੱਚ 25,000 ਗੱਡੀਆਂ ਜਿਹੜੀਆਂ ਸੀਗੀਆਂ ਚੋਰੀ ਹੋਈਆਂ ਸੀ। ਇਸ ਸਾਲ ਅਸੀਂ 400 ਵਾਇਲੈਂਟ ਕਾਰਜੈਕ ਬ੍ਰੇਕ ਐਂਡ ਐਂਟਰਸ ਕਾਰ ਥੈਫਟ ਲਈ ਅਸੀਂ ਟੋਰਾਂਟੋ ਦੇ ਵਿੱਚ ਵੇਖੇ ਹੈਗੇ ਆ। ਸੋ ਇਟਸ ਔਨ ਅ ਬਿਗ ਇਨਕਰੀਜ਼,
big crime increase and auto theft is a real serious concern. So ਅਸੀਂ ਆਪਣੇ ਵੱਲੋਂ ਜੋ ਵੀ ਅਸੀਂ ਕਰ ਸਕਦੇ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਹ 100% ਪ੍ਰੈਸ ਕਰਦੇ ਹਾਂ ਸੈਂਟਰਲ ਗਵਰਨਮੈਂਟ ਨੂੰ ਵੀ ਤੁਸੀਂ ਚੇਂਜਸ ਲਿਆਓ, ਲਾਅ ਨੂੰ ਚੇਂਜ ਕਰੋ, ਸਖਤੀ ਲਿਆਓ ਲਾਅ ਦੇ ਵਿੱਚ। ਰਾਈਟ ਪਰਮੇ ਜੀ, ਬਹੁਤ ਮਿਹਰਬਾਨੀ ਸਰ, ਥੈਂਕ ਯੂ ਤੇ ਆਲ ਦ ਵੈਰੀ ਬੈਸਟ। ਕੁਛ ਹੋਰ ਕਹਿਣਾ ਹੋਵੇ ਜਾਣ ਤੋਂ ਪਹਿਲਾਂ? ਹਾਂਜੀ, ਥੈਂਕ ਯੂ ਵੈਰੀ ਮੱਚ ਹਰਜਿੰਦਰ ਵੀਰ ਜੀ, ਅਤੇ ਅਸੀਂ ਜ਼ਰੂਰ ਸਟੂਡੀਓ ਵਿੱਚ ਆਣ ਕੇ ਜੋ ਕਿ ਆਪਣੇ ਖਾਸ ਕਰਕੇ ਟਰੈਕਿੰਗ ਦੇ ਇਸ਼ੂਜ਼ ਜਾਂ ਹੋਰ ਰੋਡ ਸੇਫਟੀ ਦੇ ਇਸ਼ੂਜ਼ ਹੈਗੇ ਆ ਉਹ ਵੀ ਆਪਾਂ ਜ਼ਰੂਰ ਆਣ ਕੇ ਡਿਸਕਸ ਕਰਾਂਗੇ। ਆਲ ਦ ਵੈਰੀ ਬੈਸਟ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ। ਸੋ ਦੋਸਤੋ, ਇਹ ਸਨ ਸਾਡੇ ਓਨਟੇਰੀਓ ਦੇ ਟਰਾਂਸਪੋਰਟੇਸ਼ਨ ਮਿਨਿਸਟਰ ਪ੍ਰਮੀ ਸਰਕਾਰੀਆ ਹੋ ਰਹੀ, ਜਿਨ੍ਹਾਂ ਦੇ ਨਾਲ ਵਿਸ਼ੇਸ਼ ਗੱਲਬਾਤ ਅਸੀਂ ਤੁਹਾਡੇ ਤੱਕ ਪਹੁੰਚਦੀ ਕੀਤੀ। ਔਰ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਜੀ ਮੀਡੀਆ ਗਰੁੱਪ।